ਮੇਰਾ ਵੇਟ 1 ਕੁਇੰਟਲ ਤੇ 20 ਕਿਲੋ ਹੋ ਗਿਆ ਸੀ। ਠੀਕ ਹੋਣ ਕਰਕੇ ਹੀ ਇਹ ਬਾਹਰ ਆਸਟ੍ਰੇਲੀਆ ਬੱਚਿਆਂ ਕੋਲ ਘੁੰਮ ਕੇ ਆਈ ਆ। ਐਂ ਲੱਗਦਾ ਸੀ ਵੀ ਇਹ ਮੰਜੇ 'ਤੇ ਬਹਿ ਜੂਗੀ। ਮੇਰਾ ਨਾਮ ਬਲਜੀਤ ਕੌਰ, ਮੈਂ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ। ਮੇਰਾ ਵੇਟ 1 ਕੁਇੰਟਲ ਅਤੇ 20 ਕਿਲੋ ਹੋ ਗਿਆ ਸੀ। ਮੈਨੂੰ ਤੁਰਨਾ ਫਿਰਨਾ ਔਖਾ ਸੀ ਅਤੇ ਬਹੁਤ ਦਿੱਕਤ ਆਉਂਦੀ ਸੀ। ਬਾਹਰ ਜਾਣਾ ਸੀ ਉਹ ਵੀ ਨਹੀਂ ਸੀ ਜਾਇਆ ਜਾਂਦਾ। ਉਹ ਡਾਕਟਰ ਸਾਹਿਬ ਨੇ ਆਪਰੇਸ਼ਨ ਕੀਤਾ, ਆਪਰੇਸ਼ਨ ਨਾਲ ਮੇਰਾ ਭਾਰ 31 ਕਿਲੋ ਘੱਟ ਗਿਆ। ਠੀਕ ਹੋਣ ਕਰਕੇ ਹੀ ਇਹ ਬਾਹਰ ਆਸਟ੍ਰੇਲੀਆ ਬੱਚਿਆਂ ਕੋਲ ਘੁੰਮ ਕੇ ਆਈ ਆ। ਸਾਰੇ ਏਅਰਪੋਰਟ ਜਿਹੜੇ ਤੁਰ ਕੇ ਹੀ ਇਹਨੇ ਆਪਦਾ ਸਾਰਾ ਕਵਰ ਕੀਤੇ ਆ ਅਤੇ ਬਿਲਕੁਲ ਮਹਿਸੂਸ ਕਰੇ। ਪਹਿਲਾਂ ਇਹ ਕਹਿੰਦੀ ਸੀ ਵੀ ਗੋਡਿਆਂ ਦਾ ਆਪਰੇਸ਼ਨ ਕਰੀਏ, ਗਿੱਟਿਆਂ ਦਾ ਕਰੀਏ, ਉਹ ਸਾਰਾ ਕੁਝ ਭਾਰ ਘਟਣ ਕਰਕੇ ਉਹ ਦੁਖਣੋਂ ਹਟ ਗਏ ਇਹਦੇ। ਅਤੇ ਸਾਨੂੰ ਉਦੋਂ ਸਾਡਾ ਰਿਸ਼ਤੇਦਾਰ ਸੰਦੀਪ ਗੁਰੂਰ ਸਾਹਿਬ ਤੋਂ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਡਾਕਟਰ ਮਹਿਸੂਰ ਨੇ ਅਤੇ ਉਹ ਇਸ ਤਰ੍ਹਾਂ ਆਪਰੇਸ਼ਨ ਕਰਕੇ ਅਤੇ ਇਹਨਾਂ ਵੀ ਠੀਕ ਹੋ ਜਾਣਗੇ। ਉਹ ਠੀਕ ਹੋਇਆ ਸੀ, ਸਾਰਾ ਆਪਦਾ ਘੁੰਮ ਫਿਰ ਕੇ ਵਧੀਆ ਸੈਰ ਵੀ ਕਰਦੀ ਆ, ਖਾਣਾ ਪੀਣਾ ਵਧੀਆ ਹੋ ਗਿਆ ਇਹਦਾ ਵੀ, ਬਚ ਗਈ ਹੈ ਇੱਕ ਤਰ੍ਹਾਂ ਵੀ, ਨਹੀਂ ਤਾਂ ਬਿਲਕੁਲ ਹੀ ਇਹ ਐਂ ਲੱਗਦਾ ਸੀ ਵੀ ਇਹ ਮੰਜੇ 'ਤੇ ਬਹਿ ਜੂਗੀ। ਇਹਨਾਂ ਦਾ ਭਾਰ 1 ਕੁਇੰਟਲ 20 ਕਿਲੋ ਸੀ ਅਤੇ ਜਿਸ ਦੇ ਨਾਲ ਕਈ ਪ੍ਰੋਬਲਮ ਆ ਰਹੀ ਸੀਆਂ, ਕੰਮ ਕੋਈ ਨਹੀਂ ਸੀ ਹੁੰਦਾ ਗਾ, ਤੁਰਿਆ ਨਹੀਂ ਜਾਂਦਾ, ਸੈਰ ਨਹੀਂ ਹੁੰਦੀ ਸੀ, ਗਿੱਟੇ ਗੋਡੇ ਦੁਖਦੇ ਸੀਗੇ। ਅਤੇ ਹੁਣ ਆਪਰੇਸ਼ਨ ਤੋਂ ਬਾਅਦ ਦੇ ਵਿੱਚ ਇਹਦਾ ਸਾਰਾ ਤੰਦਰੁਸਤ ਆ, ਕੋਈ ਗਿੱਟੇ ਨਹੀਂ ਬਦਲਾਏ, ਕੋਈ ਗੋਡੇ ਨਹੀਂ ਬਦਲਾਏ, ਸਾਰਾ ਕੁਝ ਤੰਦਰੁਸਤੀ ਨਾਲ ਵਧੀਆ ਕੰਮ ਕਰਦੀ ਆ। ਸਾਰੇ ਆਪਦੇ ਪਰਿਵਾਰ ਦੇ ਵਿੱਚ ਖੁਸ਼ ਆ ਹੁਣ ਵੀ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਅਮਿਤ ਸੂਦ ਦਾ ਵੀ, ਜਿਨ੍ਹਾਂ ਨੇ ਸਾਨੂੰ ਇਹ ਸਿਹਤ ਜਾਬੀ ਬਖਸ਼ੀ। ਅਤੇ ਨਹੀਂ ਤਾਂ ਅਸੀਂ ਤਾਂ ਬਿਲਕੁਲ ਹੀ ਪਰੇਸ਼ਾਨ ਹੋ ਗਿਆ ਸੀ ਸਾਰਾ ਪਰਿਵਾਰ, ਵੀ ਇਹ ਬਣੂ ਕੀ, ਤੁਰਿਆ ਫਿਰਿਆ ਨਹੀਂ ਸੀ ਜਾਂਦਾ ਗਾ। ਅਤੇ ਅਸੀਂ ਤਾਂ ਸਭ ਲੋਕਾਂ ਨੂੰ ਇਹ ਸਲਾਹ ਦਿੰਦੇ ਹਾਂ ਵੀ ਮੋਟਾਪੇ ਦਾ ਕੋਈ ਹਾਲ ਨਹੀਂ, ਤੁਰਿਆ ਨਹੀਂ ਜਾਂਦਾ ਬੁਰਾ ਹਾਲ ਜੇ। ਡਾਕਟਰ ਸਾਹਿਬ ਨੂੰ ਇੱਕ ਵਾਰੀ ਡਾਕਟਰ ਅਮਿਤ ਸੂਦ ਨੂੰ ਮਿਲੋ, ਉਹਨਾਂ ਦਾ ਬਹੁਤ ਵੱਡਾ ਸੈਂਟਰ ਇੱਥੇ ਬਣ ਰਿਹਾ ਮੋਗੇ ਦੇ ਵਿੱਚ, ਅਤੇ ਤੁਸੀਂ ਵੀ ਆਪਦਾ ਇਲਾਜ ਕਰਵਾਓ ਅਤੇ ਆਪਦੀ ਵਧੀਆ ਜ਼ਿੰਦਗੀ ਜੀਵੋ। ਜਿਹੜਾ ਇਹ ਮੋਟਾਪਾ ਨਾ, ਇਹ ਕਈ ਬਿਮਾਰੀਆਂ ਦੀ ਜੜ ਆ। ਅਸੀਂ ਸਭ ਨੂੰ ਅਪੀਲ ਕਰਦੇ ਹਾਂ ਵੀ ਮੋਟਾਪੇ ਤੋਂ ਬਚੋ ਅਤੇ ਡਾਕਟਰ ਸਾਹਿਬ ਡਾਕਟਰ ਅਮਿਤ ਸੂਦ ਨੂੰ ਇੱਕ ਵਾਰੀ ਮਿਲੋ ਆਣ ਕੇ, ਅਤੇ ਆਪਦਾ ਇਲਾਜ ਕਰਵਾਓ ਅਤੇ ਜ਼ਿੰਦਗੀ ਵਧੀਆ ਜੀਓ।